ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਕੱਲ ਨੂੰ ਵੀ ਖਤਮ ਨਹੀਂ ਹੋਵੇਗੀ ਪਹਿਲੇ ਪੜਾ ਦੇ ਤਹਿਤ 3 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਹੜੀ ਅੱਜ ਸਮਾਪਤ ਹੋਣੀ ਸੀ ਪਰ ਪੰਜਾਬ ਸਰਕਾਰ ਦੇ ਨਾਲ ਜਿਹੜੀ ਡਾਕਟਰਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ ਹੈ ਹਾਲਾਂਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਸੀ ਕਿ ਮੀਟਿੰਗ ਸਹੀ ਦਿਸ਼ਾ ਦੇ ਵਿੱਚ ਰਹੀ ਹੈ ਪਰ ਅਸੀਂ ਮੀਟਿੰਗ ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਦੇ ਲਿਖਤੀ ਭਰੋਸੇ ਦੀ ਉਡੀਕ ਕਰ ਰਹੇ ਹਾਂ ਲਿਖਤੀ ਭਰੋਸਾ ਮਿਲੇਗਾ ਫਿਰ ਅਸੀਂ ਆਪਸ ਦੇ ਵਿੱਚ ਬੈਠਕ ਕਰਾਂਗੇ ਤੇ ਫਿਰ ਅੱਗੇ ਫੈਸਲਾ ਲਵਾਂਗੇ ਕਿ ਕੱਲ ਨੂੰ ਓਪੀਡੀ ਚਾਲੂ ਹੋਊਗੀ ਜਾਂ ਫਿਰ ਨਹੀਂ ਪਰ ਤਾਜ਼ਾ ਫੈਸਲਾ ਇਹ ਹੈ ਕਿ ਕੱਲ ਤੋਂ ਲੈ ਕੇ ਲਗਾਤਾਰ 4 ਦਿਨ ਓਪੀਡੀ ਪੂਰੇ ਸਮੇਂ ਲਈ ਬੰਦ ਰਹੇਗੀ ਐਮਰਜੈਂਸੀ ਸੇਵਾਵਾਂ ਖੁੱਲੀਆਂ ਰਹਿਣਗੀਆਂ ਅਗਲਾ ਜਿਹੜਾ ਸੋਮਵਾਰ ਆਉਣਾ ਹੈ ਉਸ ਸੋਮਵਾਰ ਨੂੰ ਫਿਰ ਤੋਂ ਓਪੀਡੀ ਖੋਲੇ ਜਾਣ ਦੀ ਸੰਭਾਵਨਾ ਹੈ ਯਾਨੀ ਕਿ 12 13 14 15 ਐਤਵਾਰ ਤੱਕ OPD ਮੁਕੰਮਲ ਬੰਦ ਸੋਮਵਾਰ 16 ਸਤੰਬਰ ਨੂੰ ਖੁੱਲ ਸਕਦੀ ਹੈ ਹੋ ਸਕਦਾ ਹੈ ਉਦੋਂ ਤੱਕ ਸਰਕਾਰ ਦੇ ਨਾਲ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਬਣ ਜਾਵੇ ਡਾਕਟਰਾਂ ਦੀਆਂ ਮੁੱਖ ਮੰਗਾਂ ਕੀ ਨੇ ਰੈਗੂਲਰ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਡਾਕਟਰਾਂ ਦੀ ਪ੍ਰਮੋਸ਼ਨ ਕੀਤੀ ਜਾਵੇ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਸੁਰੱਖਿਆ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ